ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਵਿੱਚ ਲਗਾਤਾਰ 3 ਦਿਨ ਤੋਂ ਹੋ ਰਹੀ ਬਾਰਿਸ਼ ਨੇ ਕਾਫੀ ਤਬਾਹੀ ਮਚਾਈ ਹੈ, ਜਿਸ ਕਾਰਨ ਤਰਨ ਤਾਰਨ ਵਿਖੇ ਵੀ ਭਾਰੀ ਬਾਰਿਸ਼ ਹੋਣ ਨਾਲ ਕਾਫੀ ਨੁਕਸਾਨ ਹੋਇਆ, ਜਿਸ ਦਾ ਜਾਇਜ਼ਾ ਲੈਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਅਤੇ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਵੀ ਉਹਨਾਂ ਵੱਲੋਂ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਬਿਆਸ ਨਦੀ ਅਤੇ ਆਸ ਪਾਸ ਦੇ ਇਲਾਕਿਆਂ ਦਾ ਵੀ ਹਵਾਈ ਸਰਵੇਖਣ ਕੀਤਾ ਗਿਆ। ਅਸੀਂ ਆਉਣ ਵਾਲੀ ਇਲੈਕਸ਼ਨ ਤੱਕ ਤੁਹਾਨੂੰ ਸਾਰੇ ਇੱਕ ਨੰਬਰ ਜਿਹੜਾ ਹਲਕਾ ਹੋਵੇਗਾ ਖੇਮਕਰ ਨਸ਼ਾ ਮੁਕਤ ਪੰਜਾਬ ਪਹਿਲਾਂ ਹੀ ਤੁਹਾਨੂੰ ਕਰਕੇ ਦੇਣਾ, ਜਿਹਦੇ ਕਰਕੇ ਦਵਾਂਗੇ ਸਾਰੇ ਤੁਸੀਂ ਬੈਠੇ ਦੇ ਕੇ ਜਕਾਰਾ ਛੱਡੋ। ਜਿੱਥੇ ਸੀਐਮ ਸਾਹਿਬ ਦਾ ਸੋਹਣਾ ਬਿਊਰੋ ਰਿਪੋਰਟ ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।